ਚੱਲ ਕੱਢੋ ਮਾਲ ਸਰ ਬਾਹਰ ਵੇਚੋ ਅਭੀ ਕੱਢ ਦੀਏ ਬਾਦਲ ਮੈਂ ਆਪਣੇ ਤਕਰੀਬਨ ਅੱਜ 5:45 ਬੋਨਫੇਅਰ ਰੈਸਟੋਰੈਂਟ ਬੀਅਰ ਬਾਰ ਉਸਮਾਨਪੁਰ ਸਿਟੀ ਲਾਗੇ ਬਾਈਪਾਸ 'ਤੇ ਸਟੋਵ ਚੈਕਿੰਗ ਕੀਤੀ ਇਹਦੀ ਇਹਦੀ ਸਟੋਵ ਚੈਕਿੰਗ ਕਰਦੇ ਵਾਲੇ ਸਾਰਾ ਰਿਕਾਰਡ ਰਜਿਸਟਰ ਚੈੱਕ ਕੀਤੇ ਆ ਅਤੇ ਜਿਹੜਾ ਵਿੱਚ ਹਰਿਆਣੇ ਦੀ ਸ਼ਰਾਬ ਹਿਮਾਚਲ ਦੀ ਉਹ ਵੀ ਨਾਲ ਪਾਈ ਗਈ ਆ। ਟੋਟਲ ਬੋਤਲਾਂ ਆਪਣੇ ਫੜੀਆਂ ਗਈਆਂ ਜੀ, 14 ਬੋਤਲਾਂ ਹੈਗੀਆਂ ਜੀ ਆਪਣੇ ਰੈਲ ਸਟੈਕ ਦੀ, ਇੱਕ ਬੈਰਲ ਦੀ ਹੈਗੀ ਆ ਬਲੈਂਡਰ ਪੈਡ 2 ਬੋਤਲਾਂ ਅਤੇ ਰੈਲ ਸਟੈਕ 1 ਬੋਤਲ। ਇਹ ਤਾਂ ਚੈੱਕ ਮੈਂ ਅੱਜ ਕੀਤਾ, ਉੱਦਾਂ ਚੈੱਕ ਦੇ ਮੁਤਾਬਕ ਹੀ ਆ, ਬਾਕੀ ਪਹਿਲਾਂ ਅੱਜ ਚੈਕਿੰਗ ਸਾਰੀ ਕੀਤੀ। ਅੱਜ ਸਾਨੂੰ ਆਈਏ ਗੱਲ ਦੇ ਅੱਗੇ ਆਪਣੇ ਉਹ ਇਹ ਜਿਹੜੀ ਬੋਤਲਾਂ ਦੀ ਪ੍ਰਿੰਟਿੰਗ ਆ ਰਹੀ ਹੈ ਜੀ, ਸਾਡੇ ਕੋਲ ਮਾਲ ਖੜਦੇ ਇੱਕ ਪੇਟੀ ਅਤੇ ਲਾਗਤ ਹੈਗੀ ਆ 2 ਪੇਟੀਆਂ ਦੀ, ਉਹ ਮਾਲ ਬਾਹਰੋਂ ਲਿਆ ਕੇ ਅਤੇ ਪਲਟੀ ਹੋ ਜਾਂਦਾ, ਉਹ ਸੀਲ ਲਾ ਕੇ ਪਲਟੀ ਕਰ ਦਿੰਦੇ। ਉਹਦੇ ਮੁਤਾਬਕ ਸਾਨੂੰ ਇਹ ਪਹਿਲਾਂ ਵੀ ਸ਼ੱਕ ਹੈਗਾ ਜੀ ਇਹਨਾਂ 'ਤੇ, ਅਤੇ ਕਾਰਵਾਈ ਜੋ ਵੀ ਅਤੇ ਬਣਦੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਥੇ ਸਰ ਮੈਂ ਬਾਹਰ ਦਾ ਕੰਮ ਕਰਦਾ ਪਿਆ, 6 ਮਹੀਨੇ ਹੋਏ ਜੀ ਬਾਹਰ ਦੀ ਨਹੀਂ ਸਰ, ਉਹ ਖੁੱਲ੍ਹੀ ਇੱਥੋਂ ਹੀ ਦਾਰੂ ਖੜੀ ਹੋਈ ਆ, ਸਟਿੱਕਰ ਲੱਗੇ ਉੱਤੇ ਸਰ, ਹਰਿਆਣੇ ਦੇ ਸਰ, ਖਾਲੀ ਬੋਤਲਾਂ ਵਾ। ਹੁਣ ਕੋਈ ਵੀ ਕਸਟਮਰ ਆ ਕੇ ਸਰ, ਕੋਈ ਵੀ ਕਸਟਮਰ ਆ ਕੇ ਹਰਿਆਣੇ ਦੀ ਲਿਆ ਕਦੋਂ ਵੀ ਲਿਆ ਕੇ ਦਾਰੂ ਪੀ ਸਕਦਾ ਸਰ, ਮੈਂ ਉਹਨੂੰ ਥੋੜ੍ਹੀ ਰੋਕ ਸਕਦਾ।